ਕਿਵੇਂ ਉੱਥੇ ਸੜਕਾਂ ਤੇ ਰੋੜ ਰਹੇ ਨੇ ਪਿਛਲੇ 1 ਸਾਲ ਤੋਂ ਲਗਭਗ ਕੋਈ ਇਹਨਾਂ ਨੂੰ ਫਰਕ ਨਹੀਂ ਪੈਂਦਾ ਮਨ ਕੀ ਬਾਤ ਕਰਦੇ ਆ ਸਿਰਫ ਆਪਦੇ ਮਨ ਕੀ ਬਾਤ ਕਰਦੇ ਆ ਲੋਕਾਂ ਦੇ ਮਨ ਕੀ ਬਾਤ ਸੁਣਦੇ ਨਹੀਂ ਹੈ ਤੋ ਇਸ ਲਖੀਮਪੁਰ ਖੀਰੀ ਵਾਲੀ ਘਟਨਾ ਦੀ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕਰਦੇ ਆ ਤੇ ਦਫਾ 302 ਤੋਂ ਘੱਟ ਕੋਈ ਦਫਾ ਮਨਜ਼ੂਰ ਨਹੀਂ ਇਹਦੀ ਮੰਗ ਕਰਦੇ ਆ ਕੋ ਮੰਤਰੀ ਹੋਵੇ ਜਾਂ ਸੰਤਰੀ ਹੋਵੇ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੁੰਦਾ ਜਿਹੜਾ ਜਿਹੜੀ ਜਾਂਚ ਜਾਂ ਕੋਈ ਸਿੱਟ ਬਿਠਾ ਦਿਓ ਉਹਨਾਂ ਚੱਕਰਾਂ 'ਚ ਤਾਂ ਪਹਿਲਾਂ ਬਹੁਤ ਸਾਰੀਆਂ ਸਿੱਟਾਂ ਬੈਠੀਆਂ ਨੇ ਉਹਨਾਂ ਦਾ ਕੋਈ ਨਤੀਜਾ ਨਿਕਲਿਆ ਨਹੀਂ ਸੋ ਇਸ ਕਰਕੇ ਇੱਕ ਪਾਸੇ ਤਾਂ ਅੰਨਦਾਤਾ ਜਿਹੜਾ ਉਹ ਆਪਣੇ ਝੋਨਾ ਵੇਚਣ ਨੂੰ ਤਰਸ ਰਿਹਾ ਤੇ ਦੂਜੇ ਪਾਸੇ ਇਦਾਂ ਉਹਨਾਂ ਨੂੰ ਗੋਲੀਆਂ ਨਾਲ ਤੇ ਗੱਡੀਆਂ ਨਾਲ ਮਾਰਿਆ ਕੁਚਲਿਆ ਜਾ ਰਿਹਾ ਸੋ ਇਸ ਤੋਂ ਵੱਡਾ ਮੇਰੇ ਖਿਆਲ 'ਚ ਕੋਈ ਜ਼ੁਲਮ ਨਹੀਂ ਹੋ ਸਕਦਾ ਸ਼ਬਦਾਂ ਦੀ ਘਾਟ ਹੈ ਇਸ ਘਟਨਾ ਦੀ ਨਿਖੇਧੀ ਕਰਨ